ਮੈਂ ਪੰਜਾਬ ਦਰਪਣ ਚੈਨਲ ਤੋਂ ਸਰਦੀਤ ਮਹਿਰਾ। ਅੱਜ ਅਸੀਂ ਲੁਧਿਆਣਾ ਦੇ ਮੇਨ ਬਸਤੀ ਦੇ ਚੌਂਕ ਵਿੱਚ ਆਏ ਹਾਂ ਅਤੇ ਤੁਸੀਂ ਦੇਖ ਸਕਦੇ ਹੋ ਇੱਥੇ ਕਿੰਨੀ ਟ੍ਰੈਫਿਕ ਦੀ ਸਮੱਸਿਆ ਵਾ। ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਅਸੀਂ ਇੱਥੇ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ, ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਉਹ ਕੀ ਸਮੱਸਿਆ ਆ ਰਹੀ ਆ, ਇਹਦਾ ਪ੍ਰਸ਼ਾਸਨ 'ਤੇ ਕਿੰਨਾ ਕੁ ਅਸਰ ਪੈਂਦਾ ਵਾ। ਇਹ ਹੁਣ ਅਸੀਂ ਆਪਣੇ ਚੈਨਲ ਰਾਹੀਂ ਖਬਰ ਕਰਕੇ ਹੀ ਪਤਾ ਲੱਗੇਗਾ ਅਤੇ ਅਸੀਂ ਆਪਣੇ ਵੱਲੋਂ ਪੰਜਾਬ ਦਰਪਣ ਚੈਨਲ ਵੱਲੋਂ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਹਾਂ ਕਿ ਇਹ ਸਮੱਸਿਆ ਨੂੰ ਜੋ ਵੀ ਟ੍ਰੈਫਿਕ ਸਮੱਸਿਆ ਵਾ ਕਿਸੇ ਤਰ੍ਹਾਂ ਹੱਲ ਕੀਤਾ ਜਾਵੇ ਤਾਂ ਜੋ ਕਿ ਕਿਸੇ ਤਰ੍ਹਾਂ ਦਾ ਅੰਦਰੂਨੀ ਜਾਂ ਕੋਈ ਜਾਨੀ ਨੁਕਸਾਨ ਨਾ ਹੋ ਸਕੇ। ਮੇਰੇ ਨਾਲ ਸਰਦਾਰ ਜਗਤਾਰ ਸਿੰਘ ਜੀ ਨੇ ਅਤੇ ਅਸੀਂ ਆਪਣੇ ਪੰਜਾਬ ਦਰਪਣ ਚੈਨਲ ਵੱਲੋਂ ਇਹ ਇੱਥੇ ਟ੍ਰੈਫਿਕ ਦੀ ਜੋ ਸਮੱਸਿਆ ਆ ਰਹੀ ਹੈ ਉਹਨਾਂ ਵਾਸਤੇ ਅਸੀਂ ਹਰ ਯਾਤਰੀਆਂ ਨਾਲ ਗੱਲਬਾਤ ਕਰ ਰਹੇ ਹਾਂ, ਉਹ ਕੀ ਕਹਿਣਾ ਚਾਹੁੰਦੇ ਆ, ਇਸ ਬਾਰੇ ਕੀ ਵਿਚਾਰ ਲੈਣਾ ਚਾਹੁੰਦੇ? ਹਾਂਜੀ ਸਰਦਾਰ ਜੀ, ਕੀ ਨਾਮ ਸਰ ਜੀ ਆਪਣਾ? ਮੇਰਾ ਨਾਮ ਜਗਤਾਰ ਸਿੰਘ ਹੈ ਜੀ, ਮੈਂ ਵਕੀਲ ਹਾਂ ਅਤੇ ਬਾਕੀ ਆ ਲੁਧਿਆਣੇ ਦਾ ਬੇਸਿਕਲੀ ਸਾਨੂੰ ਹੁੰਦਾ ਕਿ ਜਿਵੇਂ ਹੁਣ ਚਲੋ ਲੋਕਾਂ ਨੇ ਇੱਕ ਫਤਵਾ ਦਿੱਤਾ ਆ ਇਹਨੂੰ ਕੈਪਟਨ ਸਾਹਿਬ ਨੂੰ ਕਿ ਤੁਸੀਂ ਹੁਣ ਆ ਕੇ ਵੇਖੋ ਕਿ ਤੁਸੀਂ ਕੀ ਬਦਲਾਅ ਲਿਆ ਸਕਦੇ ਹੋ, ਬਟ ਕੁਛ ਨਾ ਕੁਛ ਰਿਲੀਫ ਤਾਂ ਲੋਕਾਂ ਨੂੰ ਦਿਓ। ਤੁਸੀਂ ਤੁਹਾਨੂੰ ਸਾਲ ਹੋ ਚੱਲਿਆ ਸਰਕਾਰ ਆਈ ਨੂੰ, ਕੁਛ ਨਾ ਕੁਛ ਤੁਹਾਨੂੰ ਕਰਨਾ ਚਾਹੀਦਾ, ਕੋਈ ਨਵਾਂ ਕਰਕੇ ਤਾਂ ਵਿਖਾਓ। ਜੇ ਉਹ ਕੁਛ ਵੀ ਰਿਹਾ ਇਹਦੇ ਨਾਲ, ਮੈਂ ਕਹਿੰਦਾ ਫਿਰ ਬਾਦਲ ਚੰਗਾ ਐਡੇ ਨਾਲ ਇਹਨਾਂ ਉਹਨੇ ਬਣਾ ਛੱਡੇ ਕਿੰਨੀਆਂ ਸੜਕਾਂ ਬਣਾਈਆਂ, ਕਈ ਕੋਈ ਬਣਾਇਆ, ਕੁਛ ਨਾ ਕੁਛ ਬਣਾਇਆ ਸਹੀ ਸ਼ਹਿਰ ਵਾਸਤੇ, ਠੀਕ ਆ। ਅਤੇ ਇਹ ਸ਼ੁਰੂ ਤੋਂ ਹੀ ਪਹਿਲਾਂ ਤੋਂ ਵੀ ਲੁਧਿਆਣੇ ਦਾ ਉਹ ਕੁਛ ਹੀ ਰਿਹਾ ਹਾਲ ਅਤੇ ਹੁਣ ਵੀ ਇਹੋ ਕੁਛ ਹੀ ਆ, ਅਤੇ ਫਿਰ ਕੀ ਫਾਇਦਾ ਹੋਇਆ ਕੋਈ ਬਦਲਾਅ ਆਉਣ ਦਾ? ਸਰ ਤੁਹਾਨੂੰ ਜਾਮ ਤੋਂ ਫਸਣ ਨੂੰ ਕਿੰਨਾ ਚਿਰ ਕਿੰਨਾ ਟਾਈਮ ਲੱਗਿਆ ਇੱਥੇ? ਸਾਨੂੰ ਘੱਟੋ ਘੱਟ ਵੀ ਤਾਂ ਮੈਂ ਕਹਿੰਦਾ ਇਸੇ ਚੌਂਕ ਖਲੋਤੇ ਨੂੰ ਅੱਧਾ ਘੰਟਾ ਹੋ ਗਿਆ ਪਿੱਛੇ ਖਲੋਤੇ ਅਸੀਂ। ਅਤੇ ਸਰ ਕੋਈ ਕਿਸੇ ਤਰ੍ਹਾਂ ਮੈਸੇਜ ਦੇਣਾ ਚਾਹੁੰਦੇ ਟ੍ਰੈਫਿਕ ਪੁਲਿਸ ਨੂੰ ਜਾਂ ਕਿਸੇ ਤਰ੍ਹਾਂ ਪ੍ਰਸ਼ਾਸਨ ਨੂੰ? ਮੈਂ ਤਾਂ ਇਹੋ ਕਹਿਣਾ ਚਾਹੂੰਗਾ ਕਿ ਕੁਛ ਨਾ ਕੁਛ ਬਦਲਾਅ ਲਿਆਓ ਥੋੜ੍ਹਾ ਬਹੁਤਾ। ਟ੍ਰੈਫਿਕ ਪੁਲਿਸ ਨੂੰ ਪੁਲਿਸ ਵੀ ਕੀ ਕਰ ਲੂਗੀ, ਪੁਲਿਸ ਨੂੰ ਕਿੰਨਾ ਚਿਰ ਕੋਈ ਕਰੂਗਾ? ਪੁਲਿਸ ਵੀ ਤਾਂ ਸਾਰੀ ਜਿਹੜੀ ਸਰਕਾਰ ਦਾ ਮੇਨ ਅੰਗ ਹੁੰਦਾ ਪੁਲਿਸ, ਠੀਕ ਆ ਜੀ। ਅਤੇ ਜੇ ਪੁਲਿਸ ਵਿਚਾਰੀ ਸਰਕਾਰ ਪਿੱਛੋਂ ਕੋਈ ਆਰਡਰ ਹੋਣ ਤਾਂ ਉਹ ਕਰਨ, ਉਹ ਆਪਣੇ ਕੋਲ ਕੌਣ ਸੇਵਾ ਕਰਦਾ ਘਰੋਂ? ਧੰਨਵਾਦ ਸਰ ਜੀ। ਅਸੀਂ ਬਸਤੀ ਚੌਂਕ ਦੇ ਉਸ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਲੱਗੇ ਹਾਂ ਜੋ ਕਿ ਇਸ ਮੇਨ ਚੌਂਕ ਵਿੱਚ ਉਹਨਾਂ ਦੀ ਦੁਕਾਨਾਂ ਵਾ, ਅਤੇ ਉਹ ਵੀ ਇਸ ਬਾਰੇ ਉਹ ਕੀ ਕਹਿੰਦੇ ਨੇ ਟ੍ਰੈਫਿਕ ਨੂੰ ਲੈ ਕੇ, ਅਤੇ ਹੁਣ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਹੀ ਪਤਾ ਲੱਗੇਗਾ ਕਿ ਕਿੰਨੀ ਕੁ ਸਮੱਸਿਆ ਹੁੰਦੀ ਆ, ਉਹ ਕਿੰਨਾ ਕੁ ਬੁਰਾ ਹਾਲ ਹੈ। ਬਾਕੀ ਕੁਛ ਦੁਕਾਨਦਾਰਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਸੀ, ਉਹਨਾਂ ਨੇ ਇਹੀ ਦੱਸਿਆ ਤਕਰੀਬਨ ਐਕਸੀਡੈਂਟ ਬਹੁਤ ਹੁੰਦਾ ਹੈ, ਉਹ ਪੁਲਿਸ ਮੁਲਾਜ਼ਮ ਬਹੁਤ ਘੱਟ ਆਉਂਦੇ ਨੇ, ਅਤੇ ਮੇਰੇ ਨਾਲ ਅੰਮੀ ਜੀ ਖੜ੍ਹੇ ਨੇ ਅਤੇ ਮੈਂ ਉਹਨਾਂ ਨਾਲ ਗੱਲਬਾਤ ਕਰਾਂਗਾ ਜੋ ਕਿ ਇੱਥੇ ਦੇ ਦੁਕਾਨਦਾਰ ਨੇ ਉਹ ਕੀ ਕਹਿਣਾ ਚਾਹੁੰਦੇ। ਹਾਂਜੀ ਅੰਮੀ ਜੀ। ਭਾਅ ਜੀ, ਇੱਕ ਤਾਂ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ, ਟ੍ਰੈਫਿਕ ਦੀ ਇੰਨੀ ਕੁ ਜ਼ਿਆਦਾ ਸਮੱਸਿਆ, ਸਾਨੂੰ ਇੰਨੀ ਪਰੇਸ਼ਾਨੀ ਹੋ ਰਹੀ ਹੈ ਜੀ ਪਿਛਲੇ ਕਈ ਸਾਲਾਂ ਤੋਂ। ਅਸੀਂ ਕਿੰਨੀ ਵਾਰੀ ਇਹਦੀ ਕੰਪਲੇਂਟ ਕਰ ਚੁੱਕੇ ਹਾਂ, ਬਹੁਤ ਕੁਛ ਕਰ ਚੁੱਕੇ ਹਾਂ ਜੀ। ਕੀ ਕਰਦੇ ਹਾਂ ਜੀ, ਪੁਲਿਸ ਵਾਲੇ ਲਾ ਦਿੰਦੇ ਹਾਂ ਇੱਥੇ ਟ੍ਰੈਫਿਕ ਵਾਲੇ, ਉਹ ਥੋੜ੍ਹਾ ਟਾਈਮ ਇੱਥੇ ਖੜ੍ਹੇ ਹੁੰਦੇ ਹਾਂ, ਵੱਧ ਤੋਂ ਵੱਧ ਅੱਧਾ ਘੰਟਾ, ਵੱਧ ਤੋਂ ਵੱਧ ਘੰਟਾ, ਠੀਕ ਹੈ ਜੀ। ਮੁੜ ਕੇ ਫਿਰ ਉਹ ਟ੍ਰੈਫਿਕ ਦਾ ਤੁਸੀਂ ਹਾਲ ਵੇਖ ਲਓ ਕੀ ਹੈਗਾ ਜੀ। ਹੁਣ ਚਾਰੇ ਪਾਸੇ ਜਾਮ ਲੱਗ ਜਾਣਾ ਜੀ, ਕੋਈ ਬੰਦਾ ਇੱਥੋਂ ਨਿਕਲ ਨਹੀਂ ਸਕਦਾ, ਸਾਡੀ ਦੁਕਾਨਦਾਰੀ ਨੂੰ ਵੀ ਇੰਨੀ ਪਰੇਸ਼ਾਨੀ ਆਉਂਦੀ ਹੈ ਜੀ। ਨਾ ਕੋਈ ਸਾਡੀ ਪਾਰਕਿੰਗ ਦਾ ਹੱਲ ਹੈਗਾ, ਕੁਛ ਵੀ ਨਹੀਂ ਹੈਗਾ ਜੀ। ਕਿੰਨੇ ਹੀ ਸਾਲ ਹੋ ਗਏ ਸਾਨੂੰ, ਇੱਕ ਫਲਾਈਓਵਰ ਹੈਗਾ ਜੀ, ਕਿੰਨੇ ਸਾਲ ਹੋ ਗਏ ਇਹਨੂੰ ਅਸੀਂ ਦੇਖਦੇ ਹੋਏ, ਬੜੀ ਪਰੇਸ਼ਾਨੀ ਜੀ ਸਾਨੂੰ ਇਸ। ਹਾਂਜੀ, ਨਾਲੇ ਸਰ ਇੱਕ ਗੱਲ ਹੋਰ ਹੈਗੀ, ਇੱਥੇ ਨਾ ਇੱਕ ਪਾਗਲ ਜਿਹਾ ਹੈਗਾ, ਉਹਨੂੰ ਨਾ ਪਤਾ ਨਹੀਂ ਟ੍ਰੈਫਿਕ ਪੁਲਿਸ ਵਾਲੇ ਨੇ ਸਿਟੀ ਲੈ ਕੇ ਦਿੱਤੀ ਹੈ। ਕੀ ਹੈਗੀ, ਇੱਕ ਤਾਂ ਉਹ ਲੋਕਾਂ ਨੂੰ ਆਉਂਦੇ ਜਾਂਦੇ ਗਾਲਾਂ ਕੱਢਦਾ, ਨਾਲੇ ਟ੍ਰੈਫਿਕ ਉਹੀ ਉਹੀ ਮਤਲਬ ਕਰਵਾਉਂਦਾ ਹੈਗਾ ਰਨਿੰਗ 'ਚ, ਮਤਲਬ ਉਹ ਕਿਸੇ ਨੂੰ ਗਾਲਾਂ ਕੱਢੇਗਾ, ਕੱਢ ਲੈ ਇੱਧਰੋਂ ਦੀ, ਉਹ ਕਰ ਲਾ ਉਹ ਕਰ ਲਾ, ਮਤਲਬ ਉਹਦਾ ਇਹੀ ਕੰਮ ਹੈ ਜੀ ਇੱਥੇ ਖੜ੍ਹ ਕੇ ਚੌਂਕ ਦੇ ਵਿੱਚ। ਸਰ ਜਦੋਂ ਉਹ ਜਿਹੜੀ ਤੁਸੀਂ ਪਾਗਲ ਦੀ ਗੱਲ ਕਰ ਰਹੇ, ਜਦੋਂ ਉਹ ਆਉਂਦਾ ਵਾ ਕਿ ਉਸ ਟਾਈਮ ਇੱਥੇ ਪੁਲਿਸ ਮੁਲਾਜ਼ਮ ਹੁੰਦੇ ਉਸ ਟਾਈਮ? ਨਹੀਂ ਜੀ ਨਹੀਂ, ਉਸ ਟਾਈਮ ਵੀ ਕੋਈ ਨਹੀਂ ਹੁੰਦਾ ਜੀ, ਉਸ ਟਾਈਮ ਵੀ ਕੋਈ ਨਹੀਂ ਹੁੰਦਾ। ਤਾਂ ਜੀ ਦੇਖੋ, ਇੱਥੇ ਟ੍ਰੈਫਿਕ ਪੁਲਿਸ ਵਾਲੇ ਜਿਹੜੇ ASI ਖੜ੍ਹੇ ਹੁੰਦੇ ਆ, ਅਸੀਂ ਕਿੰਨੀ ਵਾਰੀ ਉਹਨਾਂ ਨੂੰ ਕਹਿ ਚੁੱਕੇ ਜੀ ਇੱਥੇ ਪੱਕੇ ਹੀ ਰਹੋ ਤੁਸੀਂ,
ਠੀਕ ਹੈ ਨਾ ਜੀ, ਉਹ ਤੁਹਾਡੇ ਸਾਹਮਣੇ ਉੱਧਰ ਹੈਗਾ। ਵੱਧ ਤੋਂ ਵੱਧ ਕੀ ਕਰਦੇ ਆ ਜੀ, ਉੱਥੇ ਜਾ ਕੇ ਖੜ ਕੇ ਇਹਨਾਂ ਨੇ ਚਲਾਨ ਕੱਟਣੇ ਆ ਜੀ, ਲੋਕਾਂ ਨੂੰ ਰੋਕਣਾ, ਬਾਅਦ ਉੱਥੇ ਜਾ ਕੇ ਉੱਥੇ ਹੀ ਉਹਨਾਂ ਨੇ ਕਰਕੇ ਉੱਧਰ ਦੀ ਉੱਧਰ ਹੀ ਨਿਕਲ ਜਾਂਦੇ ਆ ਜੀ। ਇੱਧਰ ਦਾ ਤਾਂ ਮਤਲਬ ਹੀ ਨਹੀਂ ਹੈਗੇ ਚੌਂਕ 'ਚ ਅਸੀਂ ਟ੍ਰੈਫਿਕ ਨੂੰ ਮੇਨਟੇਨ ਕਰੀਏ ਕੁਛ ਕਰੀਏ, ਨਾ ਜੀ ਨਾ, ਇੱਥੇ ਕੋਈ ਅਜਿਹਾ ਕੰਮ ਨਹੀਂ ਹੈਗਾ ਜੀ। ਧੰਨਵਾਦ ਸਰ ਜੀ, ਠੀਕ ਹੈ ਜੀ। ਇਹ ਇੱਥੇ ਜੋ ਅਸੀਂ ਦੇਖਿਆ ਵਾਕਈ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਵਾ, ਅਤੇ ਅਸੀਂ ਇੱਕ ਗੱਲ ਇੱਥੇ ਹੋਰ ਬਹੁਤ ਵੱਡੀ ਇਹ ਸਮੱਸਿਆ ਨੂੰ ਲੈ ਕੇ ਬੈਠੇ ਹਾਂ ਕਿ ਅਗਰ ਬਾਈ ਚਾਂਸ ਇੱਥੇ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਹੋ ਜਾਂਦਾ ਵਾ ਜਾਂ ਕੋਈ ਐਂਬੂਲੈਂਸ ਵਗੈਰਾ ਆਉਂਦੀ ਹੈ, ਤਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਟ੍ਰੈਫਿਕ ਇੱਥੇ ਜਾਮ ਲੱਗਿਆ ਵਾ, ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਜਿਹੜਾ ਵਿੱਚ ਪੇਸ਼ੈਂਟ ਹੈ ਕਿ ਉਹ ਬਚਾ ਸਕਦਾ ਵਾ। ਅਤੇ ਐਂਬੂਲੈਂਸ ਦੀ ਜੋ ਮੇਨ ਵਜ੍ਹਾ ਵਾ ਕਿ ਆਪਾਂ ਹਰ ਜਗ੍ਹਾ ਦੇਖਿਆ ਜਾਂਦਾ ਲਿਖਿਆ ਜਾਂਦਾ ਕਿ ਐਂਬੂਲੈਂਸ ਨੂੰ ਰਸਤਾ ਦਿੱਤਾ ਜਾਵੇ, ਅਤੇ ਤੁਸੀਂ ਇੱਥੇ ਦੇਖੋ ਤਾਂ ਐਂਬੂਲੈਂਸ ਦਾ ਕੀ ਰਸਤਾ ਮਿਲਣਾ, ਇੱਥੇ ਸਾਈਕਲ ਵਾਲੇ ਨਾਲ ਨਿਕਲਣਾ ਹੀ ਬੜੀ ਮੁਸ਼ਕਲ ਹੀ ਪਈ ਹੈ। ਅਤੇ ਮੈਂ ਸਰਜੀਤ ਮਹਿਰਾ ਲੁਧਿਆਣੇ ਤੋਂ, ਕੈਮਰਾਮੈਨ ਮਨਪ੍ਰੀਤ ਸਿੰਘ ਦੇ ਨਾਲ ਪੰਜਾਬ ਦਰਪਣ ਚੈਨਲ ਤੋਂ, ਅਸੀਂ ਫਿਰ ਆਪਣੇ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਇਸ ਟ੍ਰੈਫਿਕ ਸਮੱਸਿਆ ਦਾ ਵਾ ਜੋ ਵੀ ਆ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ, ਤਾਂ ਜੋ ਕਿ ਕਿਸੇ ਵੀ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰ ਪਏ। ਧੰਨਵਾਦ ਜੀ, ਸ਼ੁਕਰੀਆ।